ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਅੱਜ ਤੁਹਾਨੂੰ ਅਸੀਂ ਕਾਫੀ ਫਰੂਟ ਵੈਰੈਟੀ ਬਾਰੇ ਦੱਸਾਂਗੇ ਆ ਸਟਾਰ ਫਰੂਟ ਦੀ ਵੈਰੈਟੀ ਹੈ 골ਡਨ ਸਟਾਰ ਫਰੂਟ ਹੈ ਔਰ ਇਹ ਵੈਰੈਟੀ ਵੀ ਕਾਫੀ ਆਪਣੇ ਨੋਸ ਸਾਡ ਵਿੱਚ ਕਾਫੀ ਗਰੋ ਕਰ ਰਹੀ ਹੈ ਉਹ ਫਰੂਟਿੰਗ ਵੀ ਐਚੀ ਆ ਰਹੀ ਹੈ ਔਰ ਇਸ ਕੇ ਅਲਾਵਾ ਤੁਹਾਨੂੰ ਅਸੀਂ ਅੱਜ ਕਾਫੀ ਸੀਟਰਸ ਦੀਆਂ ਵੈਰੈਟੀਆਂ ਬਾਰੇ ਵੀ ਦੱਸਾਂਗੇ ਜੋ ਕੁਝ ਬਾਹਰ ਦੀਆਂ ਵੈਰੈਟੀਆਂ ਹੈ ਉਹ ਵੀ ਟ੍ਰਾਇਲ ਤੇ ਚੱਲ ਰਹੀਆਂ ਹਨ ਜੋ ਤੁਸੀਂ ਹੁਣ ਫਾਰਮ ਦੇਖ ਰਹੇ ਹੋ ਤੇ ਇਹ ਚਲਦੀ ਫਿਰਦੀ ਜਲੋਸਟੀ ਹੈ ਬਿਲਕੁਲ ਤੇ ਵੈਰੈਟੀਆਂ ਹਨ ਤੁਹਾਨੂੰ ਸੀਟਰਸ ਦੇ ਵੀ 2025 ਪਲਸ ਵੈਰਾਈਟੀਆਂ ਦੇਖਣ ਨੂੰ ਮਿਲ ਜਾਣਗੀਆਂ ਕਿੰਨ ਨੂੰ ਹੋ ਗਈ ਮਾਲਟੇ ਦੀ ਹੋ ਗਈਆਂ ਨਿੰਬੂ ਦੀ ਹੋ ਗਈਆਂ ਇਹ ਕਾਫੀ ਵੈਰਾਈਟੀਆਂ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ ਤੇ ਤੁਸੀਂ ਹੁਣ ਦੇਖੋਗੇ ਵੀ ਆ ਜੋ ਵੀ ਵੈਰਾਈਟੀਆਂ ਹੈ ਸਾਰੀਆਂ ਕੁਝ ਫੋਰਨ ਦੀਆਂ ਕੁਝ ਇੰਡੀਅਨ ਦੀਆਂ ਪਹਿਲਾਂ ਜ਼ਿਆਦਾ ਨਹੀਂ ਕੁਝ ਫੋਰਨ ਦੀਆਂ ਕਾਫੀ ਵੈਰਾਈਟੀਆਂ ਇੱਥੇ ਮਦਰ ਪਲਾਂਟ ਤਿਆਰ ਕੀਤੇ ਜਾ ਰਹੇ ਹਨ ਤੇ ਇਸ ਵਿੱਚ ਤੁਹਾਨੂੰ ਮਾਲਟਾ ਦੀਆਂ ਕੁਝ ਵੈਰਾਈਟੀਆਂ ਜਿਵੇਂ ਆਪਣੇ ਵਿਅਤ ਨਾਮ ਦੇ ਹੋ ਗਿਆ ਸਵੀਟ ਮਿਸ਼ਰੀ ਮਾਲਟਾ ਹੋ ਗਿਆ ਰੈੱਡ ਮਾਲਟਾ ਹੋ ਗਿਆ ਉਹ ਇਸ ਤੋਂ ਇਲਾਵਾ ਕੁਝ ਤੁਸੀਂ థਾਈਲੈਂਡ ਦੀ ਵੈਰੈਟੀ ਹੈ ਉਹ ਜਿਹੜਾ ਜਰਾਈਲ ਦੀ ਵੀ ਵੈਰੈਟੀਆਂ ਅੱਛੇ ਤਰ੍ਹਾਂ ਦੇਖਣਗੇ ਜੋ ਫਰੂਟਿੰਗ ਜੇ ਮਿਲਣ ਗਿਆ ਕੁਝ ਸਮੇਂ ਬਾਅਦ ਅਸੀਂ ਫਿਰ ਪ੍ਰੋਪਰ ਤੁਹਾਨੂੰ ਨਾਮ ਵੀ ਦੱਸਾਂਗੇ ਜਦੋਂ ਇਹ ਵੈਰੈਟੀਆਂ ਟ੍ਰਾਇਲ ਤੇ ਸਕਸੈਸ ਹੋ ਗਈਆਂ ਤੇ ਇਹਨਾਂ ਨੂੰ ਤੁਸੀਂ ਹੁਣ ਇਹਨਾਂ ਪੌਦਿਆਂ ਤੇ ਫਰੂਟਿੰਗ ਵਗੈਰਾ ਦੇਖ ਸਕਦੇ ਹੋ ਕਿੰਨੀ ਕਿੰਨੀ ਫਰੂਟਿੰਗ ਆ ਰਹੀ ਹੈ ਕੁਝ ਫਰੂਟ ਦੇ ਚੜ ਗਿਆ ਹਲੇ ਬਾਕੀ ਆ ਫਰੂਟ ਆ ਤੁਸੀਂ ਦੇਖ ਰਹੇ ਹੋ ਫਰੂਟ ਨਾ ਕਾਫੀ ਪੌਦੇ ਭਰੇ ਹੋਏ ਆ ਤੇ ਇਹਨਾਂ ਦਾ ਟ੍ਰਾਇਲ ਕਾਫੀ ਸਕਸੈਸ ਰਿਹਾ ਜੋ ਵੀ ਵੈਰੇਟੀ ਦਾ ਕੀਤਾ ਗਿਆ ਹੈ ਇਹਨਾਂ ਚੋਂ ਜਿਹੜੀ ਵੈਰੇਟੀ ਛੱਡ ਗਿਆ ਬਾਕੀ ਲਗਭਗ 20 ਤੋਂ ਵੱਧ ਸਿਵਰੇਟੀਆਂ ਦਾ ਟ੍ਰਾਇਲ ਸਕਸੈਸ ਹੋਇਆ ਹੈ ਇਹ ਥੋੜੇ ਟਾਈਮ ਬਾਅਦ ਇਹਨਾਂ ਦਾ ਫਿਰ ਪ੍ਰੋਡਕਸ਼ਨ ਵੀ ਸ਼ੁਰੂ ਹੋ ਜਾਏਗਾ ਵੈਰੇਟੀਆਂ ਦਾ ਤੇ ਜੋ ਵੀ ਕਿਸਾਨ بھائی ਕੋਈ ਪੌਦਾ ਦਾ ਇੱਛਾ ਹੋਵੇ ਨਵੇਂ ਵੈਰੇਟੀਆਂ ਦਾ ਉਹਨਾਂ ਨੂੰ ਦਿੱਤੀਏ ਜਾਣਗੀਆਂ ਇਹ ਤੁਸੀਂ ਇਹਨਾਂ ਦੇ ਪੌਦਿਆਂ ਤੇ ਹੁਣ ਫਰੂਟਿੰਗ ਦੇਖ ਸਕਦੇ ਹੋ ਵੀ ਕਿਹਸਟਾਗ ਨਾਲ ਫਰੂਟਿੰਗ ਲੱਗੀ ਹੋਈ ਆ ਪੂਰਾ ਇਹਨਾਂ ਨੂੰ ਬੰਨ ਕੇ ਰੱਖਿਆ ਗਿਆ ਹੈ ਪੂਰਾ ਫਰੂਟਿੰਗ ਦਾ ਲਡੀਆਂ ਦੇ ਸਾਹ ਦਾ ਫਰੂਟ ਆ ਰਿਹਾ ਇਹਨਾਂ ਵੈਰੇਟੀਆਂ ਨੂੰ ਇਹਨਾਂ ਦੇ ਬਾਕਾਇਦਾ ਫਿਰ ਇਸ ਤੋਂ ਬਾਅਦ ਇਹਨਾਂ ਦੇ ਤੁਹਾਨੂੰ ਨਾਮ ਵੀ ਦੱਸੇ ਜਾਣਗੇ ਜੋ-ਜੋ ਵੈਰਾਈਟੀਆਂ ਹੈ ਸਭ ਦੇ ਇਹਨਾਂ ਦੇ ਜੋ ਚੰਗ ਸਕਸੈਸਸ ਹੋਈਆਂ ਉਹਨਾਂ ਨੂੰ ਬਾਕਾਇਦਾ ਨਾਮ ਬਿਨਾਂ ਵੈਰਾਈਟੀਆਂ ਦੇ ਸਭ ਨੂੰ ਕਿਸਾਨ ਭਰਾਵਾਂ ਨੂੰ ਦੱਸਾਂਗੇ ਸਾਰੇ ਵੀ ਕਿਹੜੀ ਕਿਹੜੀ ਵੈਰਾਈਟੀ ਹੈ ਹੁਣ ਅੱਛੇ ਸਕਸੈਸ ਹੋ ਗਈ ਆਪਣੇ ਏਰੀਆ 'ਚ ਤੇ ਇਸ ਤਰ੍ਹਾਂ ਤੁਸੀਂ ਆਹ ਵੈਰਾਈਟੀਆਂ ਦੇ ਇਹਨਾਂ ਦੀ ਜੋ ਵੀ ਹੈ ਕੁਆਲਿਟੀ ਵੀ ਦੇਖ ਸਕਦੇ ਹੋ ਔਰ ਕਿੰਨੀ ਫਰੂਟਿੰਗ ਹੈ ਉਹ ਵੀ ਤੁਸੀਂ ਇਹਨਾਂ ਵੈਰਾਈਟੀਆਂ ਨੂੰ ਦੇਖ ਲਓ ਇਹ ਲੋਕ ਸਾਰੀ ਵੈਰਿਟੀ ਦੇ ਨਾਮ ਦੱਸਣਾ ਤੇ ਹੱਲੇ ਮੁਸ਼ਕਲ ਹੈ ਬਾਕੀ ਤੁਹਾਨੂੰ 올 ਟਾਈਮ 'ਚ ਸਾਰੇ ਨਾਮ ਦੱਸੇ ਜਾਣਗੇ ਜਿਵੇਂ ਆ ਕਿੰਨੂ ਦੀ ਵੈਰਿਟੀ ਹੈ ਇਹ ਵੀ ਇੱਕ ਸੀਡਲੈਸ ਵੀ ਆਈ ਹੋਈ ਹੈ ਇਹਨੂੰ ਵੀ ਕਾਫੀ ਫਰੂਟਿੰਗ ਹੈ ਤੇ ਇਸ ਤੋਂ ਇਲਾਵਾ ਵੀ ਵੈਰਿਟੀ ਤੁਸੀਂ ਦੇਖਿਆ ਇਹ ਵੀ ਅਡਰਡ ਹੈ ਮਾਲਟਾ ਕਿੰਨੂ ਨਿੰਬੂ ਤੇ ਇਹਨਾਂ ਨੂੰ ਤੁਸੀਂ 올 ਟਾਈਮ 'ਚ ਇਹਨਾਂ ਨੂੰ ਕਾਫੀ ਤੁਹਾਨੂੰ ਇਹਦੇ ਬਾਗ ਦਿਖਾਵਾਂਗੇ ਧੰਨਵਾਦ